ਦਾ ਲੁਧਿਆਣਾ ਡਿਸਟ੍ਰਿਕਟ ਬ੍ਰੇਕ ਕਿਲਨ ਆਨਰਸ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਸੋਸੀਏਸ਼ਨ ਦਫ਼ਤਰ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ, ਜਿਸ 'ਚ ਉਚੇਚੇ ਤੌਰ 'ਤੇ ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਆਸ਼ੂ ਅਤੇ ਕਾਂਗਰਸੀ ਵਿਧਾਇਕ ਸੰਜੇ ਤਲਵਾਰ ਨੇ ਸ਼ਾਮਿਲ ਹੁੰਦੇ ਹੋਏ ਐਸੋਸੀਏਸ਼ਨ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਵਧਾਈ ਦੇਵਾਂਗਾ ਵੀ ਸਾਰੇ ਫੈਕਸ਼ਨਸ ਇਕੱਠੇ ਹੋ ਕੇ ਇਹਨਾਂ ਦੇ ਅੱਜ ਇਹਨਾਂ ਨੇ ਇੱਕ ਜੋ ਸਾਂਝੀ ਕਮੇਟੀ ਬਣਾਈ ਆ ਉਹਦੇ ਵਾਸਤੇ ਸਾਰੇ ਮੁਬਾਰਕਬਾਦ ਦੇ ਪਾਤਰ ਨੇ। ਅਤੇ ਜੋ ਇਕੱਠ ਦੇ ਵਿੱਚ ਤਾਕਤ ਆ ਉਹ ਕਿਸੇ 'ਚ ਵੀ ਨਹੀਂ, ਅਤੇ ਜੇ ਇਹਨਾਂ ਦੀ ਤਾਕਤ ਖੜੀ ਹੈ ਤਾਂ ਸਾਡੇ ਵਰਗੇ ਸਾਰੇ ਮੰਗਾਂ ਲੈ ਕੇ ਘਰ ਇਹਨਾਂ ਦੇ ਮੰਨਣ ਆਉਣਗੇ, ਇਹਨਾਂ ਨੂੰ ਜਾਣ ਦੀ ਲੋੜ ਨਹੀਂ ਪਏਗੀ। ਰਹੀ ਜਿਹੜੀਆਂ ਛੋਟੀ ਮੋਟੀਆਂ ਮੰਗਾਂ ਨੇ, ਕਿਉਂਕਿ ਸਰਕਾਰ ਦੀ ਕਮਿਟਮੈਂਟ ਆ, ਆਹ ਜਿਹੜਾ ਮਾਈਨਿੰਗ ਮਾਫੀਆ ਇਹਨੂੰ ਤਾਂ ਬਿਲਕੁਲ ਨਹੀਂ ਚੱਲਣ ਦੇਣਾ, ਔਰ ਜਿਹੜੀ ਇਸ ਮਾਫੀਆ ਦੇ ਕੀ ਕਹਿ ਲਈਏ ਨਾਮ ਹੇਠ ਸਾਡੀ ਐਡਮਿਨਿਸਟ੍ਰੇਸ਼ਨ ਦੇ ਬੰਦੇ ਵੀ ਇਹਨਾਂ ਨੂੰ ਤੰਗ ਕਰਦੇ ਆ, ਉਹਨਾਂ ਨੂੰ ਬਕਾਇਦਾ ਤੌਰ 'ਤੇ ਹਦਾਇਤ ਦਿੱਤੀ ਜਾਏਗੀ। ਭੱਠਾ ਐਸੋਸੀਏਸ਼ਨ ਲੁਧਿਆਣਾ ਦੇ ਬੁਲਾਵੇ 'ਤੇ ਸਾਡੇ ਮਾਣਯੋਗ MLA ਸਾਹਿਬ ਆਸ਼ੂ ਜੀ, MLA ਸਾਹਿਬ ਸੰਜੇ ਤਲਵਾਰ ਜੀ ਸਾਡੇ ਬੁਲਾਵੇ 'ਤੇ ਇੱਥੇ ਆਏ ਆ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਕੁਛ ਮੰਗਾਂ ਆਪਣੀਆਂ ਮਾਈਨਿੰਗ ਦੀਆਂ ਅਤੇ ਕੁਛ ਸਾਡੀਆਂ ਜੋ ਹੈਗੀਆਂ ਨੇ ਦਲਾਲਾਂ ਦੀਆਂ, ਇੱਥੇ ਜੋ ਇੱਟਾਂ ਨਜਾਇਜ਼ ਇੱਥੇ ਧੰਦਾ ਕਰਦੇ ਨੇ ਲੁਧਿਆਣੇ ਸ਼ਹਿਰ ਦੇ ਵਿੱਚ, ਉਹ ਧੰਦਾ ਅਸੀਂ ਬੰਦ ਕਰਾਉਣਾ ਚਾਹੁੰਦੇ ਹਾਂ। ਅਸੀਂ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾ ਚੁੱਕੇ ਹਾਂ, ਅਸੀਂ DFSC ਸਾਹਿਬ, ਈਸਟ ਵੈਸਟ ਨੂੰ ਦੋਨਾਂ ਨੂੰ ਅਸੀਂ ਲਿਖਤੀ ਰੂਪ ਦੇ ਚੁੱਕੇ ਹਾਂ ਵੀ ਨਜਾਇਜ਼ ਇੱਟਾਂ ਦੀ ਜਿਹੜੀ ਵਿਕਰੀ ਬੰਦ ਕੀਤੀ ਜਾਵੇ, ਕਰਾਈ ਜਾਵੇ, ਅਤੇ ਇਹਦੇ ਬਾਰੇ ਅਸੀਂ ਅੱਜ ਇਹਨਾਂ ਨੂੰ ਮੰਗਾਂ ਰੱਖੀਆਂ। ਇੱਕ ਤਰੀਕ ਤੋਂ ਸਾਰੀਆਂ ਖੱਡਾਂ ਰੇਤ ਦੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਜਿਹੜਾ ਥੋੜ੍ਹਾ ਬਹੁਤਾ ਹੁਣ ਕ੍ਰਾਈਸਿਸ ਹੈ, ਕਿਉਂਕਿ ਰੇਤ ਦੇ ਰੇਟ ਕਾਫੀ ਹਾਈ ਹੈ, ਤਕਰੀਬਨ 20-22 ਹਜ਼ਾਰ ਦਾ ਟਿੱਪਰ ਮਿਲ ਰਿਹਾ, ਅਰਾਊਂਡ 8-10 ਹਜ਼ਾਰ ਦਾ ਟਿੱਪਰ ਮਿਲਣਾ ਸ਼ੁਰੂ ਹੋ ਜਾਏਗਾ। ਮੇਰੀ ਕੋਨਸਟੀਚੁਐਂਸੀ 'ਚ ਨਹੀਂ ਹੈ, ਬਟ ਮੇਰੇ ਨਾਲ ਦੀਆਂ ਕੋਨਸਟੀਚੁਐਂਸੀ ਜ਼ਰੂਰ ਹੈ। ਹੁਣ ਵੀ ਅਸੀਂ CP ਸਾਹਿਬ ਨੂੰ ਮਿਲ ਕੇ ਆਏ ਹਾਂ, ਕੋਈ ਵੀ ਜਿਹੜਾ ਮਾਫੀਆ ਵਾ, ਮਾਈਨਿੰਗ ਮਾਫੀਆ, ਉਹਨੂੰ ਇੱਦਾਂ ਖੁੱਲ੍ਹੇਆਮ ਰੇਤ ਦਾ ਮਤਲਬ ਕਾਰੋਬਾਰ ਕਰਨ ਨਹੀਂ ਦਿੱਤਾ ਜਾਏਗਾ। ਉਹ ਜਿਹੜੇ ਲੀਗਲ ਜਿਹਨਾਂ ਨੇ ਖੱਡਾਂ ਉੱਚੇ ਰੇਟਾਂ 'ਤੇ ਬੋਲੀ ਦੇ ਕੇ ਲਿੱਤੀਆਂ, ਉਹਨਾਂ ਦਾ ਜੈਨੂਅਨ ਕੰਮ ਚੱਲਦਾ ਰਹੇਗਾ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬਾਬੀ ਕਾਠੀਆ ਦੀ ਰਿਪੋਰਟ, ਚੈਨਲ 2।